प्रियंका चोपड़ा आई सी 5-5 करोड़ 5 मिनटां दा जे साडे वाले गतका खेड के गए है इहदा कोई मुकाबला कर लू कोई शाहरुख खान साडियां आपदियां खेडां इन्नियां पईयां ने सानू किसे नू पैसे देण दी लोड़ नहीं साडे तां भाई लोकली ने सारे आजादी लैण वेले भी पंजाबी देश नू भुखा मरदा सी उहदा ढिड भरन वेले भी पंजाबी ते आजादी संभालण वेले भी पंजाबी मुड़के क्या केड़े मैडल की उड़ीक कराऊंगे वैसे कलिया खेडा च नहीं राजनीति च भी भांजे भतीजे मरवाउंदे आ जदों मरवाउंदे शासन बठिंडे दा बहुत धन्नवाद करदा जिन्होंने अज वाला बहुत सोहना प्रोग्राम कराया ते 2 महीने हजे चलूगा तुहाडे अपने जिले की जंपर अवनीत कौर सिद्धू SSP फाजिलका भी रहे ने ਉਹ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਆਪਣੀਆਂ ਨਿਭਾ ਰਹੇ ਨੇ ਬਠਿੰਡੇ ਦੇ ਸੰਗਰੂਰ ਦੇ ਫਰੀਦਕੋਟ ਦੇ ਕਿੰਨੇ ਵੱਡੇ ਵੱਡੇ ਖਿਡਾਰੀ ਥੋੜ੍ਹਾ ਜਿਹਾ ਮੌਕਾ ਮਿਲ ਜੇ ਅਸੀਂ ਬਹੁਤ ਵੱਡੇ ਜਹਾਜ਼ ਹਾਂ ਬਸ ਰਨਵੇ ਚਾਹੀਦਾ ਰਨਵੇ ਉੱਡਣ ਦਾ ਮੌਕਾ ਦੇ ਦੇ ਤਾਂ ਅਸੀਂ ਆਪ ਹੀ ਉੱਡ ਜਾਵਾਂਗੇ ਸੋ ਅਸੀਂ ਰਨਵੇ ਬਣਾਂਗੇ ਪੰਜਾਬ ਸਰਕਾਰ ਤੁਹਾਡੇ ਲਈ ਰਨਵੇ ਬਣੂਗੀ ਤੁਸੀਂ ਉਡਾਰੀਆਂ ਮਾਰੋ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਐਸੇ ਸਟੇਜ ਤੋਂ ਐਸੇ ਜਗ੍ਹਾ ਤੇ ਮੈਂ ਵੀ ਦੇਖਿਆ ਹੋਇਆ ਸ਼ਾਹਰੁਖ ਖਾਨ ਹੋਰੀ ਵੀ ਆਏ ਸੀ ਉੱਤੋਂ ਪ੍ਰਿੰਕਾ ਚੋਪੜਾ ਆਈ ਸੀ 5-5 करोड़ 5 मिनटां दा जिहड़े साडे वाले गतका खेड के गए है इहदा कोई मुकाबला कर लू कोई शाहरुख खान जिहड़ी जिहड़ा जिमनास्टिक करके साडे बच्चे गए है कोई कर लू कोई रीस साडी साडे कोले आपदियां खेडां आपदे गिद्दे आपदे भंगड़े ਸਾਡੇ ਕੋਲ ਆਪਦੀਆਂ ਬਾਜ਼ੀਆਂ ਸਾਡੀਆਂ ਆਪਦੀਆਂ ਜਿਮਨਾਸ ਸਾਡੀਆਂ ਆਪਦੀਆਂ ਖੇਡਾਂ ਇੰਨੀਆਂ ਪਈਆਂ ਨੇ ਸਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਸਾਡੇ ਤਾਂ ਭਾਈ ਲੋਕਲੀ ਨੇ ਸਾਰੇ ਸੋ ਮੈਂ ਮੀ ਢੇਡ ਨੂੰ ਕਿਹਾ ਜਿੰਨੇ ਪੈਸੇ ਉਹਨਾਂ ਨੂੰ ਦੇਵਾਂਗੇ ਉਹਨੇ ਖਿਡਾਰੀਆਂ ਨੂੰ ਦੇਵਾਂਗੇ ਯਾਰ ਉਹ ਤੋਂ ਵੱਧ ਇਨਾਮ ਦੇਣਾ ਹੀ ਹੈ ਗਿੱਧਾ ਇੱਥੇ ਸਾਡੀਆਂ ਪੰਜਾਬ ਦੀਆਂ ਧੀਆਂ ਸਾਡੀਆਂ ਭੈਣਾਂ ਪੰਜਾਬ ਦਾ ਕਲਚਰ ਗਿੱਧਾ ਪੇਸ਼ ਕਰਨਗੀਆਂ ਭੰਗੜਾ ਪੇਸ਼ ਕੀਤਾ ਜਾਊਗਾ ਸਾਡਾ ਕਲਚਰ ਇਹ ਤੋਂ ਪਹਿਲਾਂ ਥੀਮ ਸੌਂਗ ਚੱਲ ਰਹੇ ਸੀ ਉਹਦੇ ਵਿੱਚ ਚੱਕਦੇ ਇੰਡੀਆ ਦੀ ਗੱਲ ਚੱਲ ਰਹੀ ਸੀ ਅਸੀਂ ਹੈਗੇ ਹਾਂ ਅਸੀਂ ਨੈਸ਼ਨਲਿਸਟ ਹਾਂ ਅਸੀਂ ਵਤਨ ਪ੍ਰਸਤ ਹਾਂ ਪੰਜਾਬੀ ਆਜ਼ਾਦੀ ਲੈਣ ਵੇਲੇ ਵੀ ਪੰਜਾਬੀ ਦੇਸ਼ ਨੂੰ ਭੁੱਖਾ ਮਰਦਾ ਸੀ ਉਹਦਾ ਢਿੱਡ ਭਰਨ ਵੇਲੇ ਵੀ ਪੰਜਾਬੀ ਤੇ ਆਜ਼ਾਦੀ ਸੰਭਾਲਣ ਵੇਲੇ ਵੀ ਪੰਜਾਬੀ ਅਸੀਂ ਪੰਜਾਬੀ ਤੇ ਜਦੋਂ ਖੇਡਾਂ ਹੁੰਦੀਆਂ ਨੇ ਅੱਜ ਭਾਰਤ ਦੀ ਹਾਕੀ ਟੀਮ 'ਚ 9-11 ਚੋਂ 9 ਪਲੇਅਰ ਪੰਜਾਬ ਦੇ ਨੇ ਹਰਮਨਪ੍ਰੀਤ ਹੈ ਗੁਰਜੰਟ ਹੈ ਆਕਾਸ਼ਦੀਪ ਹੈ ਮੈਨੂੰ ਮਿਲ ਕੇ ਗਏ ਸਾਰੇ ਤੇ ਅੱਜ ਕੌਮੀ ਖੇਡ ਦਿਵਸ ਤੇ ਮੇਜਰ ਧਿਆਨ ਚੰਦ ਹੋਰਾਂ ਦੇ ਜਨਮ ਦਿਨ ਦੇ ਮੌਕੇ ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਟੀਮ ਮੇਰੇ ਕੋਲ ਮਿਲਣ ਆਈ ਮੈਨੂੰ ਮੁੱਖ ਮੰਤਰੀ ਦੇ ਘਰੇ ਚੰਡੀਗੜ੍ਹ ਮੁੱਖ ਮੰਤਰੀ ਦੇ ਦਰਵਾਜ਼ੇ ਖੁੱਲੇ ਨੇ ਹੁਣ ਪਹਿਲਾਂ ਵਾਂਗੂ ਦਰਵਾਜ਼ੇ ਬੰਦ ਨਹੀਂ ਹੈਗੇ ਆ ਜਾਂਦੇ ਆ ਉਹ ਆਏ ਉਹ ਕਹਿੰਦੇ ਜੀ 2021 ਦੇ ਵਿੱਚ ਸਾਨੂੰ ਆਹ ਨੌਕਰੀ ਮਿਲਣੀ ਸੀ ਅਸੀਂ 올림픽 ਦੇ ਵਿੱਚੋਂ ਮੈਡਲ ਜਿੱਤ ਕੇ ਆਏ ਸੀ 2021 'ਚ ਸਾਡੀ ਆਹ ਨੌਕਰੀ ਬਣਦੀ ਸੀ ਸਾਡੀਆਂ ਡਿਗਰੀਆਂ ਵੀ ਲੈ ਲਈਆਂ ਸਾਥੋਂ ਸਾਈਨ ਸੂਨ ਵੀ ਕਰਾ ਲਏ
ਸਾਨੂੰ ਨੌਕਰੀ ਮਿਲੀ। ਮੈਂ ਖੇਡ ਮੰਤਰੀ ਮੀਧਿਆ ਜੀ ਨਾਲ ਗੱਲ ਕੀਤੀ, ਮੈਂ ਅਫਸਰ ਬੁਲਾਏ, ਮੈਂ ਕਿਹਾ ਹੁਣ ਇਸ ਤੋਂ ਵੱਧ ਹੋਰ ਕੀ ਕਰਦੇ ਨੇ। ਓਲੰਪਿਕ ਚ ਮੈਡਲ ਜਿੱਤੀ ਫਿਰਦੇ ਆ, ਚੈਂਪੀਅਨ ਟਰਾਫੀ ਚ ਗੋਲਡ ਲੈ ਕੇ ਆਏ ਆ, ਏਸ਼ੀਆਈ ਖੇਡਾਂ ਚ ਬੈਂਗਲੌਰ ਦੇ ਵਿੱਚ ਜਾਣਾ ਹੈ। ਅੱਜ ਬੈਂਗਲੌਰ ਚ ਨੇ, ਹੋ ਸਕਦਾ ਉਹਨਾਂ ਚੋਂ ਬਹੁਤ ਸਾਰੇ ਲਾਈਵ ਟੈਲੀਕਾਸਟ ਸੁਣ ਰਹੇ ਹੋਣ, ਬੈਂਗਲੌਰ ਦੇ ਵਿੱਚ ਉਹ ਕੈਂਪ ਲਾ ਰਹੇ ਨੇ। ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਮੈਸੇਜ ਦੇਣਾ ਚਾਹੁੰਦਾ, ਜਿਹੜੀ 2021 ਤੁਹਾਨੂੰ ਨੌਕਰੀ ਨਹੀਂ ਮਿਲੀ ਸੀ, 2-3 ਦਿਨ ਦੇ ਦਿਓ ਬਸ, ਤੁਹਾਨੂੰ ਉਹ ਨੌਕਰੀ ਮਿਲੂਗੀ। ਪਰ ਤੁਸੀਂ ਏਸ਼ੀਆਈ ਖੇਡਾਂ ਚੋਂ ਗੋਲਡ ਲੈ ਕੇ ਆਓ, ਤੁਹਾਨੂੰ ਨੌਕਰੀ ਦੀ ਚਿੰਤਾ ਨਹੀਂ। ਖਿਡਾਰੀ ਨੂੰ ਜੇ, ਅਧਿਆਪਕ ਨੂੰ ਜੇ ਆਪਦੇ ਭਵਿੱਖ ਦੀ ਹੋਈ ਚਿੰਤਾ ਹੈ, ਉਹ ਕੀ ਕਰਕੇ ਦਿਖਾਊਗਾ ਦੇਸ਼ ਵਾਸਤੇ? ਜਿੰਨੇ ਪਲੇਅਰ, ਕਿਉਂਕਿ ਉਹ ਆਪਣੀ ਐਸੈਟ ਹੈ, ਆਪਣੀ ਪ੍ਰੋਪਰਟੀ ਨੇ, ਉਹ ਆਪਾਂ ਸੰਭਾਲਣਾ ਉਹਨਾਂ ਨੂੰ। ਹੋ ਸਕਦਾ ਆਉਂਦੇ 2-3 ਦਿਨਾਂ ਤੱਕ ਜੇ ਉਹਨਾਂ ਦੇ ਕੋਚ ਨੇ ਅਲਾਉ ਕੀਤਾ, ਉਹਨਾਂ ਨੂੰ ਬੈਂਗਲੌਰ ਤੋਂ ਕੈਂਪ ਤੋਂ ਬੁਲਾ ਕੇ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜੋ ਉਸ ਵੇਲੇ ਬਣਦੀਆਂ ਨੌਕਰੀਆਂ ਸੀ, ਅਸੀਂ ਉਹੀ ਨੌਕਰੀਆਂ ਅਸੀਂ ਉਹਨਾਂ ਨੂੰ, ਕੋਈ ਕੋਈ ਆਸਾਨ ਨਹੀਂ ਕਰ ਰਹੇ, ਸਾਡਾ ਫਰਜ਼ ਹੈ। ਜਦੋਂ ਗੋਲ ਕਰਦੇ ਆ ਸਾਡਾ ਸੀਨਾ ਚੌੜਾ ਹੋ ਜਾਂਦਾ, ਜਦੋਂ ਜਨ ਗਣ ਮਨ ਸਾਡਾ ਰਾਸ਼ਟਰੀ ਗਾਨ ਹੁੰਦਾ, ਝੰਡਾ ਉੱਪਰ ਜਾਂਦਾ, ਸਾਡਾ ਸੀਨਾ ਚੌੜਾ ਹੋ ਜਾਂਦਾ। ਤੇ ਫਿਰ ਜਦੋਂ ਉਹਨਾਂ ਨੂੰ ਅਸੀਂ ਰੋਡੇ ਦੇਖਦੇ ਹਾਂ, ਫਿਰ ਸਾਨੂੰ ਲੱਗਦਾ ਕਿ ਯਾਰ ਅਸੀਂ ਕੀ ਕੀਤਾ। ਫਿਰ ਦੇਖ ਲਓ ਕੁਸ਼ਤੀ ਵਾਲੇ ਪਾਸੇ ਦੇਖ ਲਓ ਕੀ ਹੋਇਆ। ਅੱਜ ਕੁਸ਼ਤੀ ਸੰਘ ਜਿਹੜਾ ਉਹ ਵਿਵਾਦਾਂ 'ਚ ਗਿਰ ਗਿਆ, ਕਿਉਂ? ਗਲਤ ਬੰਦਿਆਂ ਦੇ ਹੱਥ ਖੇਡਣ ਦੀ ਬਾਗਡੋਰ ਮਿਲ ਗਈ, ਖੇਡਾਂ ਦੀ ਬਾਗਡੋਰ ਗਲਤ ਬੰਦਿਆਂ ਦੇ, ਉਹ ਆਪਣੇ ਹਿਸਾਬ ਨਾਲ ਚਲਾਈ ਜਾਂਦੇ ਆ। ਮੇਰਾ ਮਾਮੇ ਦਾ ਮੁੰਡਾ, ਮੇਰੇ ਚਾਚੇ ਦਾ ਮੁੰਡਾ, ਮੇਰਾ ਭਾਣਜਾ, ਮੇਰਾ ਭਤੀਜਾ, ਟੀਮਾਂ 'ਚ ਆ ਜਾਂਦੇ ਆ, ਤੇ ਮੁੜ ਕੇ ਕਿਹੜੇ ਮੈਡਲ ਦੀ ਉਡੀਕ ਕਰਾਂਗੇ? ਵੈਸੇ ਇਕੱਲੀਆਂ ਖੇਡਾਂ 'ਚ ਨਹੀਂ, ਰਾਜਨੀਤੀ 'ਚ ਵੀ ਭਾਣਜੇ ਦੇ ਭਤੀਜੇ ਮਰਵਾਉਂਦੇ ਆ ਜਦੋਂ ਮਰਵਾਉਂਦੇ ਆ। ਜਿੰਨੇ ਵੀ ਪਿਛਲਿਆਂ ਦੇ ਦੇਖ ਲਓ, ਭਾਣਜੇ ਭਤੀਜੇ ਹੀ ਹੈ। ਸੋ ਇਹ ਭਾਣਜਿਆਂ ਭਤੀਜਿਆਂ 'ਚੋਂ ਅਸੀਂ ਖੇਡਾਂ ਵੀ ਕੱਢਣੀਆਂ ਚਾਹੁੰਦੇ ਹਾਂ, ਅਸੀਂ ਰਾਜਨੀਤੀ ਵੀ ਕੱਢਣੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਜਿਹੜਾ ਬੱਚਾ ਮੈਰਿਟ ਦੇ ਵਿੱਚ ਅੱਗੇ ਆਊਗਾ, ਉਹਦੀ MLA ਭਾਵੇਂ ਸਿਫਾਰਿਸ਼ ਸੁਣੇ ਨਾ ਸੁਣੇ, ਉਹਦੇ ਬਾਪ ਕੋਲੇ ਪੈਸੇ ਹੋਣ ਨਾ ਹੋਣ, ਉਹਨੂੰ ਮੈਰਿਟ ਮੁਤਾਬਕ ਨੌਕਰੀ ਪੰਜਾਬ ਦੇ ਵਿੱਚ ਮਿਲੂ। ਮੈਂ ਤੁਹਾਡਾ ਚਾਚਾ ਵੀ ਹਾਂ, ਬਤੌਰ ਚਾਚਾ ਕਹਿ ਲਓ, ਬਤੌਰ ਵੱਡੇ ਭਾਈ ਕਹਿ ਲਓ। ਆਪਾਂ ਕਿਤੇ ਨਹੀਂ ਜਾਣਾ, ਆਪਾਂ ਐਸੇ ਮੁਲਕ 'ਚ, ਐਸੇ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਹੀ ਰੰਗਲਾ ਪੰਜਾਬ ਬਣਾਉਣਾ।